और इतनी प्यारी जी ना खुशबू आ रही ना, क्या बात है। और मैं भी पहले जेना तंदूरा ने बना रहा कड़े, मैं कड़े जेना बना लिए क्योंकि सूखे तो मुड़ के जेना बनना ही नहीं। और एक साइड का जेना ज्यादा मसला आंदा जेडी साइड आ जेना धूप होती है। बिस्मिल्लाहिर्रहमानिर्रहीम, अस्सलाम वालेकुम। दुआ करना मेरे तमाम बहन भी जिते रहे खुश रहें, बाद रहें हमेशा हंसते मुस्कुराते रहें। और बेगम ने जेना तंदूर लेमले ने छे और तीन तंदूर जेना वड्डे लिबीज और तीन तंदूर जेना दरम्याने जेना छोटे साइज जेना वो लिबीज गए। हुण असीं जेना बना रहे हैं बीफ बिरयानी। हाँ जी, बिस्मिल्लाहिर्रहमानिर्रहीम, अस्सलाम वालेकुम। तो मैं तंदूर लिंब के आ गया तो हूँ बना रही हूँ पुलाव। मैं क्या जल्दी ना जेना ना पुलाव बना ली है क्योंकि दोपहर हो गई है, क्योंकि तो परेशानी कोई नहीं। हाँ, ਕਿਉਂਕਿ ਸਵੇਰੇ ਅਸੀਂ ਨਾਸ਼ਤਾ ਜਿਹੜਾ ਕਰ ਲਿਆ ਸੀ ਨਾ, ਕੱਲ੍ਹ ਜਿਹੜਾ ਮੈਂ ਗੋਸ਼ਤ ਲੈ ਕੇ ਆਇਆ ਸੀ ਨਾ ਰਾਤ ਨੂੰ, ਫਿਰ ਅੱਧੇ ਕਿਲੋ ਦਾ ਜਿਹੜਾ ਸੀ ਸਾਲਨ ਜਿਹੜਾ ਉਹ ਬਣਾ ਲਿਆ, ਅੱਧਾ ਕਿਲੋ ਜਿਹੜਾ ਹਾਫ ਗੋਸ਼ਤ ਜਿਹੜਾ ਸੀ ਰੱਖ ਤਾ। ਮੈਂ ਕਿਹਾ ਸਵੇਰੇ ਜਿਹੜਾ ਉਹਦੀ ਬਿਰਿਆਨੀ ਬਣਾਵਾਂਗੇ, ਕੱਲ੍ਹ ਬਿਰਿਆਨੀ ਬਣਾਓ ਸੀ। ਮੈਂ ਕਿਹਾ ਇੱਕੋ ਦਿਨ ਜਿਹੜਾ ਅੱਜ ਸਾਲਨ ਬਣਾ ਲੈਣਾ, ਸਵੇਰੇ ਜਿਹੜਾ ਬਿਰਿਆਨੀ ਬਣਾ ਲਵਾਂਗੇ। ਔਰ ਵਸਲਾਂ ਨੂੰ ਜਿਹੜਾ ਲੱਗ ਰਿਹਾ ਗਰਮ ਹੀ ਬੜਾ ਸੀ। ਔਰ ਬੇਗਮ ਜਿਹੜਾ ਬਿਰਿਆਨੀ ਬਣਾ ਲੈਂਦੀ, ਮੈਂ ਜਿਹੜਾ ਮੁੰਗਰ ਮਾਰ ਲਵਾਂ। ਔਰ ਕੜੇ ਤਾਂ ਉਹਨਾਂ ਦੇ ਹਾਲੇ ਤੱਕ ਜਿਹੜਾ ਨਹੀਂ ਬਣਨੇ ਕਿਉਂਕਿ ਹਾਲੇ ਤੀਕਰ ਜਿਹੜੇ ਨੇ ਹੋਣੀ ਜਿਹੜੇ ਲਿੰਬੇ ਨੂੰ। ਔਰ ਮੈਂ ਵੀ ਜਿਹੜਾ ਗਾਰਡਨ ਨੂੰ ਪਾਣੀ ਜਿਹੜਾ ਸਾਰਿਆਂ ਜਿਹੜਾ ਦੇ ਦਿੱਤਾ। ਮੁੰਗਰ ਉੱਦਾਂ ਹੀ ਪਿਆ ਤੰਦੂਰਾਂ ਲਈ, ਚਲੋ ਠੀਕ ਹੋ ਗਿਆ। ਔਰ ਅਸੀਂ ਇਸ ਤਰ੍ਹਾਂ ਦੇਸੀ ਤਰੀਕੇ ਨਾਲ ਜਿਹੜਾ ਗ੍ਰੈਂਡ ਕਰਨੇ ਆ ਅਦਰਕ ਲਸਣ ਨੂੰ, ਫਿਰ ਮੁੰਗਰ ਮਾਰੀ ਜਾਵਾਂ। ਔਰ ਜੀ ਮੈਂ ਵੀ ਚੱਲਣਾ, ਚੱਲ ਕੇ ਜਿਹੜਾ ਮੁੰਗਰ ਮਾਰ ਲੈਂਦੇ। ਔਰ ਪਾਣੀ ਤਕਰੀਬਨ ਅੱਧਾ ਘੰਟਾ ਹੋਇਆ ਹਾਲੇ ਤੱਕ ਜਿਹੜਾ ਖੱਡਿਆਂ 'ਚ ਥੋੜ੍ਹਾ ਬਹੁਤ ਪਾਣੀ ਖੜ੍ਹਾ, ਲੇਕਿਨ ਜਿਹੜਾ ਜ਼ਮੀਨ ਖੁਸ਼ਾ ਕੋਣੀ ਜਿਹੜੀ ਨਾ ਸ਼ੁਰੂ ਵੀ ਹੋ ਗਈ ਆ ਕਿਉਂਕਿ ਗਰਮੀ ਕਾਫੀ ਸਾਰੀ ਹੁੰਦੀ। ਔਰ ਇਹ ਜਿਹੜਾ ਗੁਲਦਸਤਾ ਇਤਨਾ ਪਿਆਰਾ ਜਿਹੜਾ ਲੱਗ ਰਿਹਾ, ਨੁੱਕਰ ਦੇ ਉੱਪਰ ਨਿਰੇ ਇਕੱਠੇ ਜਿਹੜਾ ਫੁੱਲ ਖਿਲਣੇ, ਐਂ ਗੁੱਛੇ ਵਾਂਗ ਜਿਹੜਾ ਖਿਲਣੇ, ਸਾਰੇ ਫੁੱਲ ਹੀ ਜਿਹੜਾ ਐਵੇਂ ਹੀ ਖਿਲੇ ਸੀ, ਇਹਦੇ ਲਈ ਤਾਂ ਗੁੱਛੇ ਜਿਹੜਾ ਖਤਮ ਹੋ ਗਏ, ਲੇਕਿਨ ਇਹ ਜਿਹੜਾ ਲਾਸਟ ਜਿਹੜਾ ਗੁੱਛਾ ਰਹਿ ਗਿਆ, ਬੜਾ ਹੀ ਜਿਹੜਾ ਪਿਆਰਾ ਲੱਗ ਰਿਹਾ। ਔਰ ਮਿਰਚਾਂ ਜਿਹੜੀਆਂ ਅਸੀਂ ਇੱਥੋਂ ਜਿਹੜੀਆਂ ਘਰ ਦੀਆਂ ਤੋੜ ਕੇ ਜਿਹੜੀਆਂ ਸਾਲਣ 'ਚ ਇਸਤੇਮਾਲ ਜਿਹੜੀਆਂ ਕਰ ਲੈਂਦੇ ਹਾਂ ਜ਼ਿਆਦਾਤਰ ਜਿਹੜੀਆਂ, ਕਿਉਂਕਿ ਮਾਸ਼ਾਅੱਲਾ ਬੜੀਆਂ ਹੀ ਪਿਆਰੀਆਂ ਜਿਹੜੀਆਂ ਲੱਗੀਆਂ ਖਲੀਆਂ ਮਿਰਚਾਂ। ਇਹਦੇ ਲਈ ਬੂਟੇ ਦੀ ਇੱਕ ਸ਼ਾਖ ਜਿਹੜੀ ਨਾ ਟੁੱਟ ਗਈ ਹੈ, ਲੇਕਿਨ ਫਿਰ ਵੀ ਜਿਹੜਾ ਫਲ ਜਿਹੜਾ ਲੈ ਰਹੇ ਹੋ ਬਿਸਮਿਲਾ, ਇੱਕ ਜਿਹੜਾ ਪੱਤਾ ਜਿਹੜਾ ਟੁੱਟ ਗਿਆ। ਔਰ ਇਹਨਾਂ ਦੇ ਕੜੇ ਵੀ ਸ਼ਾਇਦ ਹੁਣ ਹੀ ਬਣ ਜਾਣਗੇ, ਕਿਉਂਕਿ ਦੋਪਤਾ ਜਿਹੜੀ ਨਾ ਕਾਫੀ ਸਾਰੀ ਜਿਹੜੀ ਨਾ ਤੇਜ਼ ਆ, ਉਮੇਂ ਦਾ ਕੜੇ ਵੀ ਹੁਣ ਬਣ ਜਾਣਗੇ। ਔਰ ਇਸ ਟਾਈਮ ਅਸੀਂ ਲਿੰਬੇ ਤੰਦੂਰ ਕਦੀ ਸੀ ਨਹੀਂ, ਲੇਕਿਨ ਕੱਲ੍ਹ ਦੀ ਮਿੱਟੀ ਜਿਹੜੀ ਨਾ ਗੁੰਜੀ ਪੀ ਆਈ ਨਾ, ਅਤੇ ਬੇਗਮ ਨੇ ਕਿਹਾ ਤੰਦੂਰ ਹੁਣ ਲਿੰਬ ਲਈ, ਮਿੱਟੀ ਜ਼ਿਆਦਾ ਹਾਰਡ ਨਾ ਹੋ ਜਾਵੇ। ਹਾਰਡ ਹੋ ਜਾਵੇ ਤਾਂ ਫਿਰ ਤੰਦੂਰ ਲਿੰਬਣ 'ਤੇ ਮਿਹਨਤ ਜਿਹੜੀ ਨਾ ਡਬਲ ਕਰਨੀ ਪੈਂਦੀ ਆ, ਕਿਉਂਕਿ ਮਿੱਟੀ ਜਿਹੜੀ ਨਾ ਫਿਰ ਖਿੱਚ ਕੇ ਜਿਹੜੀ ਨਾ ਉੱਪਰ ਲੈ ਕੇ ਆਉਣੀ ਪੈਂਦੀ ਆ। ਲੇਕਿਨ ਚਲੋ ਹੁਣ ਲਿੰਬਣ ਦੇ ਮਸਲਾ ਹੁੰਦਾ ਕਿ ਸਾਰਾ ਦਿਨ ਜਿਹੜਾ ਫਿਰ ਧੁੱਪ 'ਤੇ ਮੁੰਗਰ ਮਾਰਨੇ ਪੈਂਦੇ ਨੇ। ਅਗਰ ਸੈਕਿੰਡ ਟਾਈਮ ਅਸੀਂ ਤੰਦੂਰ ਲਿੰਬੀਏ ਨਾ, ਫਿਰ ਸ਼ਾਮ ਤੀਕਰ ਜਿਹੜਾ ਕੋਈ ਹਾਫ ਮੁੰਗਰ ਜਿਹੜਾ ਕੰਪਲੀਟ ਹੋ ਜਾਂਦੇ, ਸਵੇਰੇ ਫਸਟ ਟਾਈਮ ਲਾਉਣ ਜਿਹੜਾ ਮੁੰਗਰ ਸਾਰੇ ਕੰਪਲੀਟ ਹੋ ਜਾਂਦੇ ਨੇ। ਹੁਣ ਸਾਰਾ ਦਿਨ ਜਿਹੜਾ ਇਹਨਾਂ ਨੂੰ ਮੁੰਗਰ ਮਾਰਨਾ ਪੈਣਾ, ਉਹ ਵੀ 10 ਮਿੰਟ ਬਾਅਦ, ਅੱਧੇ ਘੰਟੇ ਬਾਅਦ, 20 ਮਿੰਟ ਬਾਅਦ ਜਿਹੜਾ ਇਹਨਾਂ ਨੂੰ ਮੁੰਗਰ ਮਾਰਨਾ ਪੈਣਾ, ਕਿਉਂਕਿ 3-4 ਦਫ਼ਾ ਜਿਹੜਾ ਮੁੰਗਰ ਵਗਦਾ ਤਾਂ ਇੱਕ ਸਾਈਡ ਜਿਹੜੀ ਸਾਫ਼ ਹੁੰਦੀ ਆ। ਔਰ ਮੈਂ ਵੀ ਪਹਿਲੇ ਜਿਹੜਾ ਤੰਦੂਰਾਂ ਦੇ ਬਣਾ ਰਿਹਾ ਕੜੇ, ਮੈਂ ਕੜੇ ਜਿਹੜਾ ਬਣਾ ਲਈਏ ਕਿਉਂਕਿ ਸੋਕੇ ਤਾਂ ਮੁੜ ਕੇ ਜਿਹੜਾ ਬਣਨਾ ਹੀ ਨਹੀਂ, ਐਂ ਤਾਂ ਥੋੜ੍ਹੇ ਜਿਹੇ ਹਾਲੇ ਤੱਕ ਜਿਹੜਾ ਗਿੱਲੇ, ਲੇਕਿਨ ਫਿਰ ਵੀ ਮੈਂ ਜਿਹੜਾ ਬਣਾ ਲਵਾਂਗਾ।
ਔਰ ਬੜੇ ਜੇ ਨਾ ਇੱਥੇ ਹੁਣ ਬਿਲਕੁਲ ਠੀਕ ਬਣ ਰਹੇ ਨੇ, ਅਗਰ ਘੰਟਾ ਹੋਰ ਲੇਟ ਹੋ ਜਾਂਦਾ ਨਾ ਤੇ ਫਿਰ ਜਿਹੜਾ ਇਹਨਾਂ ਦੇ ਆਡ ਹੋ ਜਾਣਾ ਸੀ, ਫਿਰ ਬਣਨੇ ਹੀ ਕੋਈ ਨਹੀਂ ਸੀ। ਮੈਂ ਤਾਂ ਖਿਆਲੀ ਤੱਕ ਨਰਮ ਪਏ ਨੇ, ਲੇਕਿਨ ਜਿਹੜਾ ਸਹੀ ਹੋਏ ਪਏ ਸੀ ਪੁਸ਼ਕ ਥੋੜ੍ਹੇ ਜਿਹੇ, ਮੈਂ ਕਿਹਾ ਜਿਹੜਾ ਇਹਨਾਂ ਨਾਲ ਦੇਣ ਬਣਾ ਕੇ ਉਸ ਤੋਂ ਬਾਅਦ ਮੂੰਗਰ ਮਰੇ ਨੇ। ਹਾਂਜੀ ਤੇ ਮੂੰਗਰ ਜਿਹੜਾ ਕੰਪਲੀਟ ਮੂੰਗਰ ਕਹਿ ਰਿਹਾ, ਕੜੇ ਜਿਹੜਾ ਸਾਰਿਆਂ ਦੇ ਬਣ ਗਏ ਨੇ, ਹੁਣ ਮਾਰ ਲੱਗਿਆ ਮੈਂ ਮੂੰਗਰ ਉਰਾ ਤੇ ਜਿਹੜਾ ਕਾਫੀ ਸਾਰਾ ਗਿੱਲਾ ਸੀ ਸਮਝ ਲਓ, ਦਿੰਗਾਚੇ ਜਿਹੜਾ ਮਾਰਿਆ ਮੂੰਗਰ ਇੱਕਦਮ ਕੜੇ ਦੇ ਬਣਾਉਣੇ ਬਣਦੇ ਵਾਲੀ ਨਹੀਂ ਸੀ। ਮੈਂ ਕਿਹਾ ਚਲੋ ਨਾਲ ਦੇ ਨਾਲ ਸਾਰਿਆਂ ਦੇ ਜਿਹੜਾ ਕੜੇ ਬਣ ਜਾਣਗੇ। ਔਰ ਭੁੱਖ ਵੀ ਜਿਹੜੀ ਨਾ ਕਾਫੀ ਸਾਰੀ ਲੱਗੀ ਖੋਤੀ, ਔਰ ਮਾਸ਼ਾਅੱਲਾ ਜਿਹੜਾ ਬਣ ਰਹੀ ਬੀਫ ਬਿਰਿਆਨੀ ਦੁਪਹਿਰ ਟਾਈਮ ਰੱਜ ਕੇ ਖਾਵਾਂਗੇ। ਔਰ 15-20 ਮਿੰਟ ਬਾਅਦ ਜਿਹੜਾ ਇਹਨਾਂ ਨੂੰ ਮੂੰਗਰ ਫਿਰ ਮਾਰਨਾ ਪੈਣਾ। ਕਿਉਂਕਿ ਸ਼ਾਮ ਟਾਈਮ ਤੀਕਰ ਜਾਣਾ ਇਹਨਾਂ ਦਾ ਇੱਕ ਸਾਈਡ ਵੱਲ ਮੂੰਗਰ ਜਾਣਾ ਮੁਕੰਮਲ ਕਰਨਾ। ਔਰ ਧੁੱਪ ਦਾ ਸਿਰਕਾ ਵੀ ਕੰਢ ਲੋ ਜਾਣਾ ਬਹੁਤ ਜ਼ਿਆਦਾ ਲੱਗ ਰਿਹਾ। ਹਾਂਜੀ ਤੇ ਸਾਰੇ ਤੰਦੂਰਾਂ ਨੂੰ ਮੂੰਗਰ ਮਾਰ ਲਿਆ, ਔਰ ਬੇਗਮ ਵੀ ਜਿਹੜਾ ਹੁਣ ਚਾਵਲ ਜਿਹੜਾ ਪਾ ਰਹੀ ਆ, ਔਰ ਗੋਸ਼ਤ ਜਿਹੜਾ ਸੀ ਰਾਤ ਨੂੰ ਕਿਲੋ ਇਕੱਠਾ ਹੀ ਜਿਹੜਾ ਉਬਾਲ ਲਿਆ ਸੀ, ਸਾਲਣੀ ਬਣਾ ਲਿਆ ਤੇ ਹੁਣ ਜਿਹੜਾ ਬਾਕੀ ਚਾਵਲਾਂ 'ਚ ਪਾਇਆ ਗਿਆ ਮਾਸ਼ਾਅੱਲਾ। ਔਰ ਨਲੀ ਜਿਹੜੀ ਨੇ ਇੱਕ ਵਿੱਚ ਆਈ ਉਹ ਜਿਹੜਾ ਪਵਾ ਲਈ, ਮੈਂ ਪੁਲਾਅ ਜਿਹੜਾ ਪਾਵਾਂਗੇ ਨਲੀ ਪੁਲਾਅ ਬੜਾ ਪਿਆਰਾ ਲੱਗੇਗਾ, ਟੇਸਟੀ ਬਣੇਗਾ ਐਵੇਂ ਨਾ। ਹਾਂ ਅੱਛਾ ਐਂ ਦੁੱਧ ਵੀ ਪਾ ਦੇ ਨਜਾਫਤ ਮਨ। ਉਹ ਜੀ ਇਨਸ਼ਾਅੱਲਾ ਜਿਹੜਾ ਸਾਡੇ ਚਾਵਲ ਵੀ ਤਕਰੀਬਨ 15-20 ਮਿੰਟ ਦੇ ਵਿੱਚ ਪੱਕ ਕੇ ਜਿਹੜਾ ਹੋ ਜਾਣੇ ਤਿਆਰ। ਔਰ ਮਾਸ਼ਾਅੱਲਾ ਜਿਹੜਾ ਕਾਫੀ ਦਿਨਾਂ, ਬਲਕਿ ਅਸੀਂ ਈਦ ਤੇ ਜਿਹੜਾ ਬਣਾਇਆ ਸੀ, ਮੈਂ ਕੱਲ ਕਹਿ ਰਿਹਾ ਸੀ ਕਿ ਬੜੇ ਦਿਨਾਂ ਬਾਅਦ ਜਿਹੜਾ ਬਣਾਇਆ, ਲੇਕਿਨ ਆਪ ਈਦ ਤੇ ਮਾਸ਼ਾਅੱਲਾ ਜਿਹੜਾ ਬੀਫ ਬਿਰਿਆਨੀ ਬਣਾਈ ਸੀ। ਹਾਂ ਔਰ ਮੈਂ ਵੀ ਜਿਹੜਾ ਚੱਲਣਾ ਹੁਣ ਦੁਕਾਨ ਤੇ, ਦੁਕਾਨ ਤੇ ਜਿਹੜਾ ਨੁਮਾਨ ਜਿਹੜਾ ਬੈਠਾ ਹੋਇਆ, ਕੱਲ ਡੱਬਾ ਜਿਹੜਾ ਇੱਧਰ ਕੂਲਰ ਦੇ ਉੱਪਰ ਜਿਹੜਾ ਨੁਮਾਨ ਨੇ ਚਾੜਤਾ ਵੀ ਪਾਣੀ ਜਿਹੜਾ ਗਰਮ ਨਾ ਹੋਵੇ। ਹਾਂਜੀ ਤੇ ਚਾਵਲ ਮਾਸ਼ਾਅੱਲਾ ਜਿਹੜਾ ਪੱਕ ਕੇ ਹੋ ਗਏ ਨੇ ਤਿਆਰ, ਔਰ ਦਮ ਜਿਹੜਾ ਹੁਣ ਦੇਣ ਲੱਗਿਆ, ਔਰ ਇੰਨੀ ਪਿਆਰੀ ਜਿਹੜਾ ਖੁਸ਼ਬੂ ਆ ਰਹੀ ਨਾ, ਕਿਆ ਬਾਤ ਹੈ। ਚਲੋ ਅੱਬੂ ਜੀ ਵੀ ਆਏ ਬੈਠੇ ਨੇ, ਅੱਬੂ ਨੂੰ ਮੈਂ ਕਿਹਾ ਮੈਂ ਕਿਹਾ ਚਾਵਲ ਖਾ ਕੇ ਜਾਣੇ ਨੇ ਬਸ, ਸਿਰਫ ਅੱਬੂ ਜਲਦੀ ਜਾ, ਮੈਂ ਕਿਹਾ ਨਹੀਂ ਸਿਰਫ ਔਰ ਸਿਰਫ 15-20 ਮਿੰਟ ਲੱਗਣੇ ਨੇ ਚਾਵਲ ਖਾ ਕੇ ਜਾਣੇ ਨੇ। ਹਾਂਜੀ ਹਾਂ ਚਲੋ ਠੀਕ ਹੈ, ਗਰਮੀ ਤਾਂ ਫਿਰ ਬਣੀ ਖੋਤੀ ਆ ਕਾਫੀ ਸਾਰੀ।
ਲੇਕਿਨ ਆਪਾਂ ਤੰਦੂਰ ਵੀ ਲਾ ਲੈਣਾ ਤੇ ਉਸ ਬਾਅਦ ਛੱਪਰ ਦਾ ਜਿਹੜਾ ਹਿਸਾਬ ਕਿਤਾਬ ਉੱਪਰ ਛੋਟਾ ਜਿਹਾ ਬਣਾ ਲਵਾਂਗੇ ਉੱਪਰ ਨਾ ਛੱਪਰ ਜਿਹੜਾ ਨਾ ਤੋ ਇਸ ਕਾਦ ਤੇ ਰੱਖ ਲਵਾਂਗੇ ਹਾਂ ਤੋ ਦੋ ਇਤੋ ਸੁਰਾਖ ਕੱਢ ਲਵਾਂਗੇ ਜਿਵੇਂ ਕਿ ਉਹ ਸੁਰਾਖ ਨਿਕਲੇ ਹੋਇਆ ਛੱਪਰ ਬਣ ਗਿਆ ਨਾ ਫੇਰ ਹੀ ਪਰੇਸ਼ਾਨੀ ਸਾਨੂੰ ਕੋਈ ਨਹੀਂ ਬਾਰਾ ਸੀ ਕੋਈ ਨਹੀਂ ਬਣੇਗੀ ਹਾਂ ਤੰਦੂਰੀ ਵਗਾਰਾ ਦੀ ਨਹੀਂ ਬਾਰਾ ਜੀ ਤਾਂ ਵੈਸੇ ਹੀ ਕੋਈ ਨਹੀਂ ਹੁੰਦੀ ਜਦੋਂ ਬਾਰਾ ਸ਼ਾਇਦ ਇਧਰ ਕਿਚਨ ਨਹੀਂ ਬਣਾ ਲੈ ਨਹੀਂ ਤੰਦੂਰੀ ਵਗਾਰਾ ਤੇ ਰੋਟੀਆਂ ਹਾਂ ਤੰਦੂਰੀ ਦੀ ਹੈ ਬਾਰਾ ਜੀ ਤਾਂ ਕੋਈ ਨਹੀਂ ਮਸਲਾ ਹੋਣਾ ਕਿਉਂਕਿ ਛੱਪਰ ਹੋਣਾ ਨਾ ਤੇ ਹਾਂ ਤੇ ਕੋਈ ਪਰੇਸ਼ਾਨੀ ਜਦੋਂ ਨਾ ਨਹੀਂ ਬਣੇਗੀ ਇਨਸ਼ਾਅੱਲਾ ਔਰ ਸਾਰੇ ਖਾਣਿਆਂ ਚ ਫੇਵਰੇਟ ਜਿਹੜਾ ਨਾ ਮੇਰੇ ਭਿੰਡੀ ਗੋਆ ਤੇ ਪੁਲਾ ਬਹੁਤ ਹੀ ਜ਼ਿਆਦਾ ਜਿਹੜਾ ਸ਼ੌਂਕ ਨਾਲ ਪੂਰੀ ਫੈਮਿਲੀ ਜਿਹੜੀ ਨਾ ਬਹੁਤ ਜ਼ਿਆਦਾ ਜਿਹੜੇ ਨਾ ਸ਼ੌਂਕ ਨਾਲ ਖਾਂਦੇ ਹਾਂ ਮਤਲਬ ਕਿ ਬਿਰਿਆਨੀ ਹੋ ਗਈ ਪੁਲਾਓ ਹੋ ਗਿਆ ਆਲੂ ਪੁਲਾਓ ਹੋ ਗਿਆ ਮਟਰ ਪੁਲਾਓ ਹੋ ਗਿਆ ਇਸ ਬਹੁਤ ਜ਼ਿਆਦਾ ਜਿਹੜੇ ਨਾ ਪਸੰਦ ਨਾਲ ਖਾਂਦੇ ਹਾਂ ਜੀ ਤੇ ਮੈਂ ਵੀ ਦੁਕਾਨ ਤੇ ਆ ਗਿਆ ਔਰ ਅੱਬੂ ਜੀ ਵੀ ਜਿਹੜੇ ਨਾ ਮਾਸ਼ਾਅੱਲਾ ਜਿਹੜੇ ਨਾ ਬੈਠੇ ਨੇ ਔਰ ਚਾਵਲ ਪਾ ਗਿਆ ਤੇ ਫਿਰ ਸਾਰੀ ਫੈਮਿਲੀ ਸੀ ਜਿਹੜੇ ਨਾ ਮਿਲ ਕੇ ਇੱਥੇ ਜਿਹੜੇ ਨਾ ਚਾਵਲ ਖਾ ਲਵਾਂਗੇ ਉਹ ਚਾਵਲ ਅੱਬੂ ਬਾਅਦ ਦਮ ਦੇਪ ਗਿਆ 10 ਤੋਂ 15 ਮਿੰਟ ਹੋਰ ਲੱਗਣੇ ਨੇ ਬਸ ਜ਼ਿਆਦਾ ਲੇਟ ਜਿਹੜੀ ਨਾ ਕੋਈ ਨਹੀਂ ਹੋਣੀ ਆ ਹਾਂ ਔਰ ਇਨਸ਼ਾਅੱਲਾ ਜਿਹੜੇ ਨਾ ਤੰਦੂਰਾ ਦੇ ਦਾਣੇ ਜਿਹੜੇ ਨਾ ਮੈਂ ਇਕੱਠੇ ਕਰ ਲਵਾਂ ਨਾ ਕੋਈ ਦੁਕਾਨ 'ਚ ਪੈਸੇ ਜਿਹੜੇ ਨਾ ਕੱਢ ਕੇ ਤੇ ਕੋਈ ਉਦੋਂ ਤੰਦੂਰਾਂ ਦੇ ਦਾਣਿਆਂ ਨੂੰ ਜਿਹੜੇ ਨਾ ਪੈਸੇ ਕੱਢ ਕੇ ਤੇ ਇਨਸ਼ਾਅੱਲਾ ਪੰਖਾ ਜਿਹੜਾ ਤੁਹਾਨੂੰ ਐਵੇਂ ਹੀ ਸੋਲਰ ਵਾਲਾ ਜਿਹੜਾ ਲਵਾ ਕੇ ਦੇ ਦੇਣਾ ਤਾਂ ਕਿ ਜਿਹੜੇ ਨਾ ਗਰਮੀ ਦੇ ਵਿੱਚ ਹੋਣਾ ਲੋਡ ਸ਼ੈਡਿੰਗ ਹੋ ਜਿਵੇਂ ਕਿ ਟਰਾਂਸਫਾਰਮ ਦੇ ਉੱਤੇ ਸੜਿਆ ਰਿਹਾ ਤੁਹਾਡਾ ਪਰੇਸ਼ਾਨੀ ਕਾਫੀ ਸਾਰੀ ਜਿਹੜੇ ਨਾ ਬਣੀ ਆ ਤੇ ਇਨਸ਼ਾਅੱਲਾ ਤੁਹਾਨੂੰ ਜਿਹੜੇ ਨਾ ਮੈਂ ਮਹੀਨੇ ਤੇ ਡੇਢ ਮਹੀਨੇ ਦੇ ਅੰਦਰ ਅੰਦਰ ਜਿਹੜੇ ਇਨਸ਼ਾਅੱਲਾ ਲਵਾ ਕੇ ਪੱਖਾ ਜਿਹੜੇ ਨਾ ਦੇਣਾ ਠੀਕ ਹੋ ਗਿਆ ਨਾ ਹਾਂ ਕਿਉਂਕਿ ਜਿਹੜੇ ਨਾ ਉੱਧਰ ਜਿਹੜੇ ਟਰਾਂਸਫਾਰਮ ਅਗਲੇ ਦਿਨ ਸੜ ਗਿਆ ਨਾ ਸੀ ਨਾ ਦੋ ਦਿਨ ਜਿਹੜੇ ਨਾ ਫਿਰ ਬਿਜਲੀ ਕੋਈ ਨਹੀਂ ਆਈ ਇਸ ਕਰਕੇ ਕਾਫੀ ਸਾਰੀ ਪਰੇਸ਼ਾਨੀ ਬਣੀ ਕਿਉਂਕਿ ਗਰਮੀ ਵੀ ਜਿਹੜੀ ਨਾ ਕਾਫੀ ਸਾਰੀ ਹੋਣੀ ਆ ਇਸ ਕਰਕੇ ਜਿਹੜੇ ਨਾ ਮੈਂ ਰਿਕਵਰੀ ਕਰ ਲਵਾਂ ਤੰਦੂਰਾਂ ਦੇ ਦਾਣਿਆਂ ਦੀ ਕੋਦਰੋ ਜਿਹੜੇ ਦਾਣੇ ਜਿਹੜੇ ਨਾ 3-4 ਮਣ ਵੇਚ ਦੇਵਾਂਗੇ ਕੋਈ ਬਾਕੀ ਪੈਸੇ ਜੇ ਥੋੜੇ ਦੁਕਾਨ 'ਚ ਪਾ ਕੇ ਦੇਖ ਸਕਦੇ ਆਪਣੀ ਪੂਰਾ ਜਿਹੜਾ ਸੋਲਰ ਪਲੇਟ ਔਰ ਪੰਖਾ ਜਿਹੜੇ ਨਾ ਇਹ ਲਾ ਕੇ ਦੇਵਾਂਗੇ ਹਾਂਜੀ ਤੇ ਚਾਵਲ ਵੀ ਮਾਸ਼ਾਅੱਲਾ ਜਿਹੜੇ ਨਾ ਪੱਕ ਕੇ ਹੋ ਗਏ ਤਿਆਰ ਔਰ ਬੇਗਮ ਜਿਹੜੇ ਨਾ ਬਰਤਨ ਲੈ ਕੇ ਜਿਹੜੇ ਨਾ ਆ ਰਹੀ ਆ ਔਰ ਬੱਚਿਆਂ ਦਾ ਦੁੱਧ ਵੀ ਜਿਹੜੇ ਨਾ ਪਰਲੇ ਚੁੱਲੇ ਜਿਹੜੇ ਨਾ ਉਬਲ ਰਿਹਾ ਔਰ ਹੁਣ ਅਸੀਂ ਜਿਹੜੇ ਨਾ ਦਮ ਖੋਲਣ ਲੱਗੇ ਹਾਂ ਅੱਬੂ ਜੀ ਵੀ ਜਿਹੜੇ ਨਾ ਆ ਗਏ ਸਾਰੇ ਇੱਥੇ ਜਿਹੜੇ ਨਾ ਬਹਿ ਕੇ ਜਿਹੜੇ ਨਾ ਕਮਰੇ 'ਚ ਖਾ ਲੈਂਦੇ ਮੈਂ ਫਿਰ ਜਿਹੜੇ ਨਾ ਪ੍ਰਾਥਮਿਕ ਜੀ ਮੈਨੂੰ ਕੱਢ ਕੇ ਦੇ ਦੇਣ ਜਲਦੀ ਠਾਰ ਜੈਸੇ ਮੈਂ ਦੁਕਾਨ ਤੇ ਜਿਹੜੇ ਨੁਮਾਨ ਤੇ ਮੈਂ ਦੁਕਾਨ ਤੇ ਖਾ ਲੈਂਦੇ ਠੀਕ ਹੋ ਗਿਆ ਨਾ ਅੱਬੂ ਜੀ ਤੇ ਤੁਸੀਂ ਤੇ ਬੱਚੇ ਜਿਹੜੇ ਸਾਰੇ ਰਲ ਕੇ ਖਾ ਲਓ ਠੀਕ ਹੈ ਨਾ ਇਹ ਲਾਖ ਲੱਗਿਆ ਹੋਇਆ ਅੱਬੂ ਔਰ ਹੁਣ ਮਾਸ਼ਾਅੱਲਾ ਜਿਹੜੇ ਨਾ ਦਮ ਖੋਲਣ ਲੱਗੇ ਆ ਬਿਸਮਿਲ੍ਲਾ ਮਾਸ਼ਾਅੱਲਾ ਹਵਾ ਵੀ ਜਿਹੜੀ ਬੜੀ ਤੇਜ਼ ਚੱਲੀ ਹੋਈ ਆ ਔਰ ਪੁਲਾਓ ਜਿਹੜੇ ਨਾ ਪੱਕ ਕੇ ਬਿਰਿਆਨੀ ਬੀਫ ਤਿਆਰ ਕਿਉਂ ਨਹੀਂ ਜਾ ਫਾਤਮਾ ਬੀਫ ਬਿਰਿਆਨੀ ਤਿਆਰ ਹੋ ਗਈ ਪੱਕ ਕੇ ਫਾਤਮਾ ਤੂੰ ਚਾਵਲ ਖਾਣੇ ਨਹੀਂ ਮਾਸ਼ਾਅੱਲਾ ਇਹ ਅੱਬੂ ਮਜ਼ੇ ਵਾਲੇ ਇੰਨੇ ਪੱਕੇ ਹੋਣੇ ਥੋੜੇ ਜਿਹੇ ਨਹੀਂ ਦੋ ਦੋ ਪਲੇਟਾਂ ਖਾਣੀਆਂ ਪੈਣੀਆਂ ਆਪਾਂ ਨੂੰ ਔਰ ਮੈਂ ਵੀ ਜਾਈਂਗਾ ਚੱਲਣਾ ਤੁਸੀਂ ਜੇ ਚਾਵਲ ਇੱਥੇ ਖਾਓ ਅੱਬੂ ਜੀ ਤੇ ਮੈਂ ਚੱਲ ਕੇ ਜਾਈਂ ਦੁਕਾਨ ਤੇ ਮੈਨੂੰ ਫੜਾ ਦੇਈ ਹਾਂ ਤੇ ਮੈਂ ਚੱਲਣਾ ਚੱਲ ਕੇ ਜਿਹੜਾ ਦੁਕਾਨ ਤੇ ਜਿਹੜਾ ਚਾਵਲ ਖਾਵਾਂਗਾ ਨੁਮਾਨ ਚਮਚੀਆਂ ਦੋ ਭੇਜ ਦੀ ਨੁਮਾਨ ਤੇ ਮੈਂ ਰਲ ਕੇ ਜਿਹੜਾ ਖਾ ਲਵਾਂਗੇ ਉਹ ਨੁਮਾਨ ਜਿਹੜਾ ਬੈਠਾ ਦੁਕਾਨ ਤੇ ਨੁਮਾਨ ਚਾਵਲ ਪੱਕ ਕੇ ਆ ਰਹੇ ਨੇ ਆਪਣੇ ਵਾਸਤੇ ਦੁਕਾਨ ਤੇ ਆ ਗਏ ਔਰ ਬਾਕੀ ਪਾਣੀ ਵੀ ਅਸੀਂ ਜਿਹੜਾ ਕੱਢ ਕੇ ਰੱਖਿਆ ਹੋਇਆ ਇੱਥੇ ਹੀ ਤੇ ਮੈਂ ਕਿ ਜਿਵੇਂ ਖੁੱਲ ਜਾਵੇ ਕਿ ਵੇਚ ਜਿਹੜੀ ਥੋੜ੍ਹੀ ਬਹੁਤੀ ਜਿਹੜੀ ਬਰਫ਼ ਜ਼ਰੂਰ ਪਈ ਆ ਔਰ ਅੱਲਾ ਪਾਕ ਦਾ ਲੱਖ ਲੱਖ ਸ਼ੁਕਰ ਆ ਫਰਿੱਜ ਦੀ ਫਰੀਜ਼ ਆ ਠੰਡਾ ਪਾਣੀ ਜਿਹੜੇ ਨੇ ਤਾਂ ਬਰਫ਼ ਜਿਹੜੀ ਨਾ ਸਾਨੂੰ ਡੇਲੀ ਰੂਟੀਨ ਵਾਈ ਜਿਹੜੀ ਨਾ 100 ਦੀ 150 ਦੀ 200 ਦੀ ਬਰਫ਼ ਲੈਣੀ ਪਈ ਗਿਲਾਸ ਪਿਆ ਹੋਇਆ ਸੀ ਪਹਿਲੇ ਪੁੱਤਰ ਨਜਾ ਫਾਤਮਾ ਇੱਕ ਹੋਰ ਗਿਲਾਸ ਲੈ ਕੇ ਆ ਗਈ ਹਲੀਮਾ ਸਾਹਿਬ ਵੀ ਇੱਕ ਹੋਰ ਗਿਲਾਸ ਲੈ ਕੇ ਜਿਹੜੀ ਨਾ ਆ ਗਈ ਜਾਂ ਨੁਮਾਨ ਦੋ ਗਿਲਾਸ ਘਰੇ ਦੇ ਕੇ ਆਓ ਜਾਂ ਚਾਵਲ ਚੱਕ ਕੇ ਲੈ ਆਓ ਔਰ ਬੱਚੇ ਜਿਹੜੇ ਮੇਰੇ ਨਾਲ ਹੀ ਜਿਹੜੇ ਸਾਰਿਆਂ ਰਲ ਕੇ ਜਿਹੜੇ ਨਾ ਖਾਣਾ
ਮੈਂ ਤਾਂ ਉੱਧਰ ਜਾਣਾ ਖਾਵਣਗੇ, ਲੇਕਿਨ ਨਿਜਾਬ ਫਾਤਮਾ ਹੀ ਆ ਗਈ, ਅਲੀਮਾ ਸਾਹਿਬ ਦੀ ਮਹਿਮਾਨ ਇਕੱਠੇ ਜਾਣਾ, ਫਿਰ ਇੱਥੇ ਮਿਲ ਕੇ ਜਾਣਾ ਖਾ ਲੈਂਦੇ ਹਾਂ। ਹਾਂਜੀ, ਅਤੇ ਚਾਵਲ ਮਾਸ਼ਾਅੱਲਾ ਜਿਹੜਾ ਖਾ ਲਏ ਔਰ ਬਹੁਤ ਹੀ ਜ਼ਿਆਦਾ ਮਜ਼ੇਦਾਰ ਬਣੇ ਹੋਏ ਸੀ, ਔਰ ਮੈਂ ਵੀ ਹੁਣ ਚੱਲ ਕੇ ਜਿਹੜਾ ਮੂੰਗਰ ਮਰਨਾ, ਹੁਣ ਮੂੰਗਰ ਜਿਹੜਾ ਮਾਰ ਕੇ 20 ਮਿੰਟ ਬਾਅਦ ਜਿਹੜਾ ਫਿਰ ਮੂੰਗਰ ਮਾਰਨੇ, ਸ਼ਾਮ ਤੀਕਰ ਜਿਹੜਾ ਇਹਨਾਂ ਨੂੰ ਮੂੰਗਰ ਜਿਹੜਾ ਮਾਰੇ ਰੱਖਣਾ, ਤਕਰੀਬਨ 5-6 ਦਫ਼ਾ ਜਿਹੜਾ ਇਹਨਾਂ ਨੂੰ ਮਾਰਨਾ ਪੈਣਾ, ਕਿਉਂਕਿ ਦੁੱਖ ਤੇ ਜਿਹੜੇ ਲਿਵੇ ਹੋਣ ਉਹਨਾਂ ਨੂੰ 5-6 ਦਫ਼ਾ ਜਿਹੜਾ ਇਹਨਾਂ ਮੂੰਗਰ ਮਾਰਨਾ ਪੈਣਾ, ਔਰ ਇੱਕ ਸਾਈਡ ਵੱਲ ਜਿਹੜੇ ਮੁਕੰਮਲ ਕਰਨਾ। ਅਗਰ ਸੁੱਕ ਗਿਆ ਤਾਂ ਫਿਰ ਇਹਨਾਂ ਜਿਹੜਾ ਤੇੜਾਂ ਆ ਜਾਣੀਆਂ ਨੇ, ਮਤਲਬ ਕਿ ਮੂੰਗਰ ਵਗਦਾ ਰਹੇ ਨਾ, ਫਿਰ ਮਿੱਟੀ ਜਿਹੜੀ ਨਾ ਹੀ ਨਾਲ ਨਾਲ ਮੰਡੀ ਕੇ ਜਿਹੜੀ ਨਾ, ਮਤਲਬ ਕਿ ਹਾਰਡ ਹੋ ਜਾਂਦੀ, ਕਾਫੀ ਸਾਰੀ ਫਿਰ ਤੇੜਾਂ ਵਗੈਰਾ ਨਹੀਂ ਪੈਂਦੀਆਂ। ਅਗਰ ਮੂੰਗਰ ਨਾ ਮਾਰੋਗੇ ਤਾਂ ਇੱਕ ਤਾਂ ਜਿਹੜੇ ਨਾ ਦੇ ਲੈਵਲ ਮਤਲਬ ਕਿ ਮੁਲਾਇਮ ਨਹੀਂ ਹੋਣਗੇ, ਦੂਸਰਾ ਹੈ ਕਿ ਤੇੜਾ ਮਾਰ ਜਾਣਗੇ, ਔਰ ਇੱਕ ਸਾਈਡ ਦਾ ਜਿਹੜਾ ਜ਼ਿਆਦਾ ਮਸਲਾ ਹੁੰਦਾ ਜਿਹੜੀ ਸਾਈਡ ਵਾਲੀ ਜਿਹੜੀ ਨਾ ਧੁੱਪ ਹੁੰਦੀ ਆ। ਇੱਥੋਂ ਇੱਕ ਸਾਈਡ ਨੂੰ ਤੁਸੀਂ ਇੰਨਾ ਮੁਕੰਮਲ ਹੋ ਗਿਆ ਥੋੜ੍ਹਾ ਜਿਹਾ, ਲੇਕਿਨ ਫਿਰ ਮਾਰਨਾ ਪਵੇਗਾ 20 ਮਿੰਟ ਬਾਅਦ। ਸੇਕਾ ਜਿਹਾ ਬੜੋ ਲੱਗ ਰਿਹਾ, ਗਰਮੀ ਪੈ ਗਈ ਹੁਣ ਕਾਫੀ ਸਾਰੀ ਪਈ। ਡੋ ਲੈਂਦੇ ਹਾਂ, ਮੂੰਗਰ ਜਿਹੜਾ ਰੱਖ ਦੇ ਬਾਲਟੀ ਦੇ ਥੱਲੇ ਤਾਂ ਕਿ ਛਾਂ ਤੇ ਪਿਆ ਰਹੇਗਾ ਨਾ, ਗਰਮ ਨਹੀਂ ਹੋਵੇਗਾ। ਉਹ ਟਮਾਟਰਾਂ ਨੂੰ ਦੇਖ ਕੇ ਮੈਂ ਜਿਹੜਾ ਟਮਾਟਰਾਂ ਦੇ ਬੂਟੇ ਨੂੰ ਦੇਖ ਕੇ ਬੜਾ ਹੀ ਖੁਸ਼ ਹੋ ਰਿਹਾ। ਮਾਸ਼ਾਅੱਲਾ ਜਿਹੜਾ ਵੱਡੇ ਵੱਡੇ ਟਮਾਟਰ ਜਿਹਨ ਲੱਗੇ ਹੋਏ ਤਾਂ ਸਾਲਾਂ ਦੇ ਇਸਤੇਮਾਲ ਦੇ ਜਿਹੜਾ ਰੈਡ ਕਲਰ ਦੇ ਹੋ ਜਾਣਗੇ 2-3 ਦਿਨਾਂ ਤੱਕ, ਫਿਰ ਉਸ ਤੋਂ ਬਾਅਦ ਜਿਹੜਾ ਪਰੇ ਛੋਟੇ ਛੋਟੇ ਨਿਰੇ ਗੁੱਛਿਆਂ ਨਾਲ ਜਿਹੜਾ ਇਧਰ ਸਾਈਡ ਵਾਲ ਜਿਹੜਾ ਟਮਾਟਰ ਹੈ। ਅੱਲਾ ਦਾ ਸ਼ੁਕਰ ਹੈ, ਇੱਕ ਬੂਟਾ ਜਿਹੜਾ ਅੱਛਾ ਕਾਮਯਾਬ ਜਿਹੜਾ ਹੋ ਗਿਆ ਟਮਾਟਰਾਂ ਦਾ, ਅਗਲੇ ਸਾਲ ਜਿਹੜਾ ਐਵੇਂ ਬੂਟਿਆਂ ਦੇ ਇਹ ਠੇਕੇ ਕਿ ਜਿਹੜਾ ਲਾ ਦੇਵਾਂਗੇ। ਹਾਂਜੀ, ਅਤੇ ਮੈਂ ਵੀ ਦੁਕਾਨ 'ਤੇ ਆ ਗਿਆ, ਕੱਲ੍ਹ ਜਿਹੜਾ ਇੱਕ ਜਿਹੜਾ ਗੁੱਛੀ ਜਿਹੜਾ ਰੋਲ ਜਿਹੜਾ ਉੱਪਰ ਕਰਤੀ ਸੀ, ਪਿੱਛੇ ਜਿਹੜਾ 3 ਗੁੱਛੀਆਂ ਹਾਲੀ ਤੀਕਰ ਜਿਹੜੀਆਂ ਪਈਆਂ ਹੋਈਆਂ ਨੇ, ਇੱਕ ਰੈੱਡ ਪਈ ਆ, 2 ਵਾਈਟ ਪਈਆਂ ਨੂੰ ਲੈ ਆਵਾਂਗੇ ਨਾ, ਅਤੇ ਇਹੋ ਜਿਹੀ ਜਿਹੜਾ ਮਤਲਬ ਕਿ ਰੋਲ ਹੋਰ ਬਣਾ ਕੇ ਨਾ, ਕਿਉਂਕਿ ਸਿਲੀਕੋਨ ਖਤਮ ਹੋਈ ਪਈ ਆ, ਰੋਲ ਤਾਂ ਜਿਹੜਾ ਮੇਰੇ ਕੋਲ ਜਿਹੜੇ ਇਜ਼ਾਫੀ ਪਏ ਹੋਏ ਨੇ, ਸਿਲੀਕੋਨ ਖਤਮ ਹੋਈ ਪਈ ਉਹ ਲੈ ਆਵਾਂਗੇ, ਅਤੇ ਫਿਰ ਇਹਨਾਂ ਨੂੰ ਜਿਹੜਾ ਕਟਾਈ ਕਰਕੇ ਅਤੇ ਐਵੇਂ ਜਿਹੜਾ ਬਣਾ ਕੇ ਫਿਰ ਉਹ ਰੋਲ ਕਰ ਲਵਾਂਗੇ, ਜਾਂ ਇਹਨਾਂ 'ਚ ਜਿਹੜਾ ਕੋਈ ਵਿੱਗ ਹੀ ਨਾ ਅਤੇ ਰੋਲ ਖਾਲੀ ਹੋ ਗਿਆ ਕੋਈ, ਫਿਰ ਜਿਹੜਾ ਲਪੇਟ ਦੇਵਾਂ, ਕਿਉਂਕਿ ਖਾਲੀ ਪਿਆ ਸੀ ਉਹਦੇ ਉੱਪਰ ਜਿਹੜਾ ਲਪੇਟਤੀ ਆ।
ਔਰ ਦੂਸਰੀ ਚੈੜੇ ਵਾਲੀ ਲੈਸ ਵੀ ਜਿਹੜੀ ਨਾ ਲੈ ਕੇ ਆਵਾਂਗੇ, ਜਿਵੇਂ ਕੱਲ ਵਾਲੀ ਲਾ ਕੇ ਜਿਹੜਾ ਤੁਸੀਂ ਦੇਖੀ ਸੀ ਨਾ, ਉਹਦੇ ਜਿਹੜੇ ਕਸਟਮਰ ਜਿਹੜੇ ਪੁੱਛਦੇ ਲੇਕਿਨ ਉਹ ਮਹਿੰਗੀ ਸੀ, ਇਸ ਕਰਕੇ ਜਿਹੜੇ ਨਾ 10-12 ਹਜ਼ਾਰ ਰੁਪਏ ਬਣਾ ਕੇ ਉਹ ਵਾਲੀ ਲੈਸਾਂ ਦੇ ਜਿਹੜੇ ਨਾ ਕੁਛ ਕਲਰ ਵਗੈਰਾ ਜਿਹੜੇ ਨਾ 15-20 ਕਲਰ ਜਿਹੜੇ ਨਾ ਉਹ ਲੈ ਕੇ ਆਵਾਂਗੇ, ਕਿਉਂਕਿ ਇੱਕ ਕਲਰ ਜੇ ਲੈ ਕੇ ਆ ਜਾਵੇ ਇਤਨੇ ਕਲਰ ਪਏ ਨੇ ਹਾਲੇ ਤਾਂ ਕਸਟਮਰ ਜਿਹੜੇ ਇਹਨਾਂ 'ਚੋਂ ਮੁੜ ਜਾਂਦੇ ਆ, ਉਹ ਵਾਲੀ ਚੈੜੇ ਵਾਲੀ ਲੈਸ ਜਿਹੜੇ ਨਾ ਕਸਟਮਰ ਪੁੱਛਦੇ ਨੇ ਉਹ ਵੀ ਇਨਸ਼ਾਲਾ ਜਿਹੜੇ ਨਾ ਲੈ ਆਵਾਂਗੇ, ਵੇਖ ਕਰ ਲਾਂਗੇ ਜਿਹੜੇ ਨਾ ਉਹ ਜਿਹੜੇ ਨਾ ਅੱਛੀ ਤਰੀਕੇ ਬਾਹਰ ਲਵਾਂਗੇ। ਬਟਨ ਜਿਹੜੇ ਨਾ ਕੱਲ ਇੱਥੋਂ ਚਾਹ ਕੇ ਜਿਹੜੇ ਨਵੇਂ ਉਹ ਸਾਹਮਣੇ ਜਿਹੜੇ ਨਾ ਫਰੰਟ 'ਤੇ ਰੱਖ ਕੇ ਸੀ, ਇੱਥੇ ਜਿਹੜੇ ਨਾ ਤੇਲ ਦੀਆਂ ਬੋਤਲਾਂ ਜਿਹੜੀ ਨਾ ਅਤੇ ਲੋਸ਼ਨ ਵਗੈਰਾ ਪਾਊਡਰ ਵਗੈਰਾ ਜਿਹੜੇ ਜੋੜ 'ਤੇ ਸੀ, ਬਾਕੀ ਜਿਹੜੀ ਨਾ ਉੱਪਰਲੀ ਬਾਰੀ ਜਿਹੜੀ ਨਾ ਉਹ ਬਾਰਦੀ ਸੀ। ਅੱਜ ਸ਼ਹਿਰ ਵੀ ਮੈਨੂੰ ਲਾਜ਼ਮੀ ਜਿਹੜੇ ਨਾ ਜਾਣਾ ਪੈਣਾ, ਇਸ ਕਰਕੇ ਕਿਉਂਕਿ ਕਲਰ ਜਿਹੜਾ ਤੰਦੂਰਾਂ ਦਾ ਖਤਮ ਹੋਇਆ ਪਿਆ ਸੀ ਨਾ, ਕੱਲ੍ਹ ਦੇ ਜਿਹੜੇ ਨਾ ਬੈਕ ਸਾਈਡ 'ਤੇ ਜਿਹੜੇ ਨਾ ਲਿਮ ਕੇ ਰੱਖੇ ਹੋਏ, ਲੇਕਿਨ ਕਲਰ ਕੋਈ ਨਹੀਂ ਲਾਇਆ ਹੋਇਆ, ਕਲਰ ਲੱਗਿਆ ਹੋਇਆ ਹੋਵੇ ਨਾ ਫਿਰ ਕਸਟਮਰ ਜਿਹੜੇ ਨਾ ਜ਼ਿਆਦਾ ਤੰਦੂਰ ਜਿਹੜੇ ਨਾ ਪਸੰਦ ਕਰਦੇ ਨੇ। ਔਰ ਇਸ ਕੁੰਡੀ 'ਤੇ ਜਿਹੜੇ ਨਾ ਮੈਨੂੰ ਕਾਫੀ ਸਾਰੇ ਇਸ ਕੁੰਡੀ ਲੋਹੇ ਦੀ ਜਿਹੜੇ ਨਾ ਮੈਨੂੰ ਫਾਇਦੇ ਨੇ, ਕਿਉਂਕਿ ਪਹਿਲੇ ਤੰਦੂਰ 'ਤੇ ਪੈਰ ਰੱਖ ਕੇ ਮੈਨੂੰ ਸ਼ਟਰ ਜਿਹੇ ਲਾਉਣਾ ਪੈਂਦਾ ਸੀ ਨਾ, ਅਤੇ ਸਸਤੀ ਜਿਹੀ ਵੀ ਜਿਹੜੀ ਮਿਲੀ, ਔਰ ਕਾਫੀ ਸਾਰੇ ਜਿਹੜੇ ਆਸਾਨੀ, ਮਤਲਬ ਸ਼ਟਰ ਉੱਪਰ ਕਰਨਾ ਹੋਵੇ ਥੱਲੇ ਕਰਨਾ ਹੋਵੇ ਆਸਾਨੀ ਨਾਲ ਜਿਹੜੇ ਨਾ ਇਹਦੇ ਨਾਲ ਹੋ ਜਾਂਦਾ। ਔਰ ਸੇਲਮੈਨ ਵੀ ਜਿਹੜੇ ਨਾ ਬਾਈ ਅੱਜ ਮੇਰੇ ਕੋਲ ਜਿਹੜੇ ਆਇਆ ਸੀ, ਔਰ ਮੈਂ ਜਿਹੜੇ ਉਹਦੇ ਕੋਲ ਆਇਆ ਲੱਗੇ ਨਾ ਸਾਬਤ ਦਣੀਆਂ ਜਿਹੜੇ ਨਾ ਸੁੱਕਾ ਇਹ ਲਿਆ, ਔਰ ਇਹ ਕਾਫੀ ਜਿਹੜੇ ਨਾ ਫਾਇਦੇ ਵਾਲਾ ਇੰਝ ਆ ਕੇ 10 ਰੁਪਏ ਦੀ ਜਿਹੜੇ ਨਾ ਇੰਨੀ ਗੁੱਛੀ ਜਿਹੜੀ ਨਾ ਇੱਕ ਮਿਲਣੀ ਆ ਦਣੀਆਂ ਦੀ, ਸਸਤਾ ਵੀ ਆ ਔਰ ਕਾਫੀ ਜਿਹੜੇ ਨਾ ਫੁੱਲ ਪੈਕਿੰਗ ਬਾਈ ਔਰਾਂ ਨੇ ਜਿਹੜੇ ਨਾ ਕੀਤੀ ਹੋਈ ਆ, 10 ਰੁਪਏ ਦੇ ਵਿੱਚ ਜਿਹੜੇ ਨਾ ਇੰਨੇ ਜ਼ਿਆਦਾ ਜਿਹੜੇ ਨਾ ਚੀਜ਼ਾਂ ਮਿਲ ਜਾਂਦੀਆਂ। ਹੋਰ ਵੀ ਹੁੰਦਾ ਕੋਈ ਚੀਜ਼ਾਂ ਸੀ, ਲੇਕਿਨ ਮੇਰੇ ਕੋਲ ਗਰਮ ਮਸਾਲਾ ਜਿਹੜੇ ਨਾ ਪਹਿਲੇ ਦਾ ਜਿਹੜਾ ਪਿਆ ਹੋਇਆ, ਲਾਚੀਆਂ ਵੀ ਪਈਆਂ ਹੋਈਆਂ ਸੀ ਬਾਈ ਔਰ ਗਰਮ ਮਸਾਲਾ ਵੀ ਸੀ, ਲਾਚੀਆਂ ਵੀ ਸੀ, ਲੇਕਿਨ ਮੇਰੇ ਕੋਲ ਸਿਰਫ ਜਿਹੜਾ ਸਾਬਤ ਦਣੀਆਂ ਜਿਹੜਾ ਸੁੱਕਿਆ ਹੋਇਆ ਕੋਈ ਸੀ, ਉਹੀ ਜਿਹੜਾ ਉਹਨਾਂ ਕੋਲ ਮੈਂ ਜਿਹੜਾ ਲਿਆ। ਮੈਂ ਕਿ ਜਦੋਂ ਸਾਰੀ ਚੀਜ਼ਾਂ ਪਹਿਲੇ ਵਾਲੀ ਖਤਮ ਹੋ ਗਈਆਂ ਨਾ, ਫਿਰ ਜਿਹੜਾ ਤੁਹਾਡੇ ਕੋਲ ਲੈ ਲਵਾਂਗੇ। ਔਰ ਜੀ ਅੱਜ ਦੇ ਵਾਲਾ ਵਿਲਾਗ ਵੀ ਕਰ ਰਹੇ ਹਾਂ ਇੱਥੇ ਖਤਮ, ਇਨਸ਼ਾਅੱਲਾ ਮਿਲਦੇ ਹਾਂ ਇੱਕ ਸਨੈਕਸ ਵਿੱਚ ਪਿੱਛੇ ਵਿਲਾਗ ਦੇ ਵਿੱਚ। ਆਪਣਾ ਢੇਰ ਸਾਰਾ ਖਿਆਲ ਰੱਖਿਆ ਜੇ, ਦੁਆਵਾਂ 'ਚ ਯਾਦ ਰੱਖਿਆ ਜੇ, ਦੁਆਵਾਂ ਦੇ ਨਾਲ ਦੇ ਇਜਾਜ਼ਤ, ਅੱਲਾ ਹਾਫਿਜ਼।